आदर करना ही भुल गए। पहली सभ्यता पुरानी सभ्यता दे विच बाहा बनांदी वर्ड आया भाव कि एक दूसरे का साथ देंदे सन। अजकल दी सभ्यता उन्होंने कहा बाहा भंदी भाव की नफरत फैलाते हैं एक दूसरे लड़ाते हैं। पुरानी सभ्यता उन्होंने कपला गऊ कहा। कपला गऊ का मीनिंग दस्या सी जो ओ गऊ जो मन चाहे पदार्थ देवे। कपला गऊ जो मन चाहे पदार्थ देंदी सी भाव की पुराने समय दे विच जो साड़ी इच्छा होंदी सी वो सानू मिलदा सी। पर अजकल दे सभ्यता दे विच जो असी पछमी सभ्यता नूं अपना लिया है ठीक है आप दूसरे वैसटर्न कल्चर नूं अपना लिया उदों तो असी अपनी झोली दुख दर्द ते तकलीफ तो इलावा कुछ नहीं पाया। अजकल दी सभ्यता दे विच जिहड़ा कि लोकी अपने घरां दा खाणा छड्ड के वैसटर्न जिहड़ा कि ए चाइनीज फूड खा रहे जिस करके उहनां नूं कई तरह दीआं बीमारियां लग रही बीमारियां दे नाल लोक जिहड़े कि रहे हन। अब फर्स्ट पेज रीड कर चुके सी नेक्स्ट पेज आप रीड करना है 36 पेज नंबर 36 काफी स्टार्टिंग तो रीड कर रहे हैं। जो आयती नहीं आखी वो आखी जानी है फटाफट करवा रही है कल भी अर्जन भी करवाया सी। वो कहिंदे कवि ने कहा है कि जेड़ी गल अज तक किसी ने नहीं आखी वो अज मैं करनी है। क्यों करनी है क्योंकि हुण जिहड़ा समय जदों पुराने अते नवी सभ्यता दे बारे गल्लां हो रही हैं ਉਹ ਦੁੱਧ ਸੀ ਬਰਕਤ ਦਾ ਇਹ ਫੁੱਟਦਾ ਪ੍ਰਾਣੀ ਹੈ ਭਾਵ ਕਿਹੜੇ ਪ੍ਰਾਣੀ ਸਭਿਅਤਾ ਦੇ ਵੀ ਘਰਾਂ ਦੇ ਵਿੱਚ ਬਰਕਤ ਹੁੰਦੀ ਸੀ। ਬਰਕਤ ਦਾ ਮੀਨਿੰਗ ਹੈ ਵੀ ਘਰ ਦੇ ਵਿੱਚ ਚਾਹੇ ਕੋਈ ਵੀ ਆ ਜਾਵੇ ਸਮਾਨ ਘਟਦਾ ਨਹੀਂ ਹੈ ਠੀਕ ਹੈ ਵੱਧਦਾ ਹੀ ਹੈ ਠੀਕ ਹੈ। ਪਹਿਲੇ ਸਮੇਂ ਦੇ ਵਿੱਚ ਬਰਕਤ ਦਾ ਦੁੱਧ ਹੁੰਦਾ ਸੀ ਜੋ ਕਦੇ ਖਤਮ ਨਹੀਂ ਹੁੰਦਾ ਸੀ ਤੇ ਅੱਜ ਕੱਲ੍ਹ ਕੀ ਹੈ ਸਿਰਫ ਲੜਾਈ ਹੈ ਝਗੜਾ ਹੈ ਨਫ਼ਰਤ ਹੈ ਫੁੱਟ ਹੈ। ਉਹ ਜੀਵਨ ਦਿੰਦੀ ਸੀ ਇਹ ਜੀਵਨ ਲੈਂਦੀ ਹੈ। ਪੁਰਾਣੀ ਸਭਿਅਤਾ ਸਾਨੂੰ ਇਹੀ ਸਿਖਾਉਂਦੀ ਸੀ ਜੇ ਕੋਈ ਮੁਸੀਬਤ ਦੇ ਵਿੱਚ ਹੈ ਕੋਈ ਦੁੱਖ ਤਕਲੀਫ ਦੇ ਵਿੱਚ ਹੈ ਤਾਂ ਅਸੀਂ ਉਸਦਾ ਸਾਥ ਦੇਣਾ ਹੈ ਠੀਕ ਹੈ। ਪਰ ਨਵੀਂ ਸਭਿਅਤਾ ਕੀ ਸਿਖਾ ਰਹੀ ਹੈ ਸਾਨੂੰ ਜੀਵਨ ਲੈ ਰਹੀ ਹੈ ਸਾਨੂੰ ਮੌਤ ਦੇ ਕਿਨਾਰੇ ਪਹੁੰਚਾ ਰਹੀ ਹੈ ਕਿਉਂਕਿ ਅੱਜ ਕੱਲ੍ਹ ਦੇ ਨੌਜਵਾਨ ਨਸ਼ਿਆਂ ਦੇ ਵਿੱਚ ਪੈ ਰਹੇ ਹਨ ਤੇ ਨਸ਼ਿਆਂ ਦੇ ਵਿੱਚ ਪੈ ਕੇ ਆਪਣੇ ਜੀਵਨ ਨੂੰ ਬਰਬਾਦ ਕਰ ਰਹੇ ਹਨ। ਉਹ ਖਾਣ ਨੂੰ ਦਿੰਦੀ ਸੀ ਖਾਣ ਨੂੰ ਪੈਂਦੀ ਹੈ ਖਾਣ ਨੂੰ ਦੇਣਾ ਜੇ ਸਾਡੇ ਘਰ ਕੋਈ ਆ ਜਾਵੇ ਅਣਜਾਣ ਵੀ ਜਿਹੜਾ ਭੁੱਖਾ ਹੋਵੇ ਤੇ ਪੁਰਾਣੇ ਸਭਿਅਤਾ ਦੇ ਲੋਕ ਇਹ ਸਿਖਾਉਂਦੇ ਸਨ ਕਿ ਉਹਨੂੰ ਵੀ ਆਪਣੀ ਰੋਟੀ ਦੇ ਵਿੱਚੋਂ ਰੋਟੀ ਦੇ ਦਿਓ ਕੋਈ ਭੁੱਖਾ ਨਾ ਜਾਵੇ। ਪਰ ਖਾਣ ਨੂੰ ਪੈਣਾ ਮੁਹਾਵਰਾ ਭਾਵ ਕਿ ਨਿੱਕੀਆਂ ਨਿੱਕੀਆਂ ਗੱਲਾਂ ਤੇ ਲੜਾਈ ਕਰਨਾ ਝਗੜਾ ਕਰਨਾ। ਪਰ ਅੱਜ ਕੱਲ੍ਹ ਦੀ ਸਭਿਅਤਾ ਦੇ ਲੋਕ ਕੀ ਹੈ ਖਾਣ ਨੂੰ ਪੈ ਨਿੱਕੀ ਨਿੱਕੀ ਗੱਲ ਤੇ ਇੰਨਾ ਗੁੱਸਾ ਆ ਜਾਂਦਾ ਹੈ ਕਿ ਇੱਕ ਦੂਜੇ ਨੂੰ ਜਿਹੜਾ ਕੀ ਇਹ ਗਲਤ ਢੰਗ ਨਾਲ ਬੋਲਦੇ ਹਨ ਜਿਹੜਾ ਵੀ ਉਹਨਾਂ 'ਚ ਬਰਦਾਸ਼ਤ ਸ਼ਕਤੀ ਨਹੀਂ ਹੈ। ਉਹ ਬਾਹ ਬਣਾਉਂਦੀ ਸੀ ਭਾਵ ਕਿ ਬਾਹ ਬਣਾਉਣਾ ਦਾ ਮੀਨਿੰਗ ਹੈ ਇੱਕ ਦੂਸਰੇ ਦਾ ਸਾਥ ਦੇਣਾ। ਇਹ ਬਾਹ ਬਣਦੀ ਹੈ ਇਹ ਮਤਲਬ ਅੱਜ ਦੀ ਸਭਿਅਤਾ ਨਵੀਂ ਸਭਿਅਤਾ ਬਾਹ ਬਣਦੀ ਮਤਲਬ ਜੇ ਕੋਈ ਆਪਸ ਵਿੱਚ ਮਿਲਜੁਲ ਕੇ ਰਹਿ ਵੀ ਰਿਹਾ ਤੇ ਉਹਨਾਂ ਨੂੰ ਆਪਸ ਵਿੱਚ ਲੜਾ ਦਿੰਦੀ ਹੈ। ਉਹ ਭੋਲੀ ਭਾਲੀ ਸੀ ਇਹ ਚੰਚਲ ਮੰਨਦੀ ਹੈ। ਪੁਰਾਣੀ ਸਭਿਅਤਾ ਕੀ ਸੀ ਬੜੇ ਭੋਲੇ ਭਾਲੇ ਸੀ ਲੋਕ ਬੜੇ ਸ਼ਰੀਫ ਸੀ ਪਰ ਅੱਜ ਕੱਲ੍ਹ ਦੀ ਸਭਿਅਤਾ ਲੋਕ ਬੜੇ ਉਹ ਭੋਲੀ ਭਾਲੀ ਸੀ ਪੁਰਾਣੀ ਸਭਿਅਤਾ ਦੇ ਬੜੇ ਸ਼ਰੀਫ ਸਨ ਸਾਊ ਸਨ ਠੀਕ ਹੈ। ਚੰਚਲ ਮੰਤਰ ਜਿਹੜੇ ਕੀ ਹੈ ਕਦੇ ਇੱਕ ਜਗ੍ਹਾ ਟਿੱਕੇ ਨਹੀਂ ਬੈਠਦੇ ਭਾਵ ਕਿ ਜਿਸ ਕੋਲੋਂ ਪੈਸਾ ਹੈ ਉਹਦੇ ਵਾਲੀ ਹੋ ਜਾਂਦੇ ਠੀਕ ਹੈ।
ਉਹ ਵੀਰ ਮਨਾਂਦੀ ਸੀ ਇਹ ਵੀਰ ਲੜਾਂਦੀ ਪ੍ਰਾਣੀ ਸਭਿਆਤਾ ਲੋਕ ਭਰਾ ਭਰਾ ਜੇ ਭਰਾ ਰੁੱਸ ਵੀ ਜਾਂਦਾ ਸੀ ਭੈਣ ਰੁੱਸ ਵੀ ਜਾਂਦੀ ਸੀ ਤਾਂ ਉਹਨਾਂ ਨੂੰ ਮਨਾਉਂਦੇ ਸਨ ਪਿਆਰ ਨਾਲ ਪਰ ਅੱਜ ਕੱਲ ਰੁੱਸ ਜਾਵੇ ਠੀਕ ਹੈ ਕੋਈ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਦਕਿ ਅੱਜ ਕੱਲ ਦੇ ਭੈਣ ਭਰਾ ਜਿਹੜੇ ਕਿ ਆਪਸ ਵਿੱਚ ਲੜ ਰਹੇ ਹਨ ਪੈਸੇ ਪਿੱਛੇ ਉਹ ਛਾਵੇਂ ਸੁੱਟਦੀ ਹੈ ਇਹ ਧੁੱਪੇ ਪਾਉਂਦੀ ਛਾਵੇਂ ਸੁੱਟਣਾ ਭਾਵ ਕਿ ਉਹਨਾਂ ਨੂੰ ਕੋਈ ਦੁੱਖ ਮੁਸੀਬਤ ਨਾ ਆਉਣ ਦੇਣਾ ਛਾਵੇਂ ਦਾ ਮਤਲਬ ਹੈ ਕਦੇ ਵੀ ਤੱਤੀ ਵਾਹ ਨਾ ਲੱਗਣ ਦੇਣੇ ਉਹ ਛਾਵੇਂ ਸੁੱਟਦੀ ਹੈ ਭਾਵ ਕਿਹੜੀ ਪੁਰਾਣੀ ਸਭਿਅਤਾ ਸੀ ਉਹ ਹਮੇਸ਼ਾ ਸਾਨੂੰ ਸੁੱਖ ਦਿੰਦੀ ਸੀ ਦੁੱਖ ਤਕਲੀਫਾਂ ਦਾ ਦੂਰ ਰੱਖਦੀ ਸੀ ਧੁੱਪੇ ਪਾਉਣਾ ਭਾਵ ਕਿ ਦੁੱਖ ਮੁਸੀਬਤਾਂ ਦੇ ਵਿੱਚ ਝੇਲਣਾ ਧੱਕਣਾ ਉਸ ਵਿੱਚ ਇੱਕ ਕਰਦਾ ਸੀ ਤੇ ਸਭ ਟੱਬਰ ਖਾਂਦਾ ਸੀ ਪੁਰਾਣੇ ਸਮੇਂ ਦੇ ਵਿੱਚ ਘਰ ਦਾ ਇੱਕ ਮੈਂਬਰ ਇੱਕ ਜੀ ਕਮਾਉਂਦਾ ਸੀ ਤੇ ਬਾਕੀ ਸਾਰੀ ਫੈਮਿਲੀ ਜਿਹੜੇ ਕਿ ਆਰਾਮ ਨਾਲ ਘਰ ਬੈਠ ਕੇ ਖਾਂਦੇ ਪੀਂਦੇ ਸਨ ਤੇ ਖੁਸ਼ ਰਹਿੰਦੇ ਸਨ ਪਰ ਨਵੀਂ ਸਭਿਅਤਾ ਦੇ ਵਿੱਚ ਅੱਜ ਕੱਲ੍ਹ ਦੇ ਸਮੇਂ ਵਿੱਚ ਘਰ ਦੇ ਚਾਹੇ ਦੋ ਮੈਂਬਰ ਕਮਾ ਲੈਣ ਚਾਹੇ ਚਾਰ ਮੈਂਬਰ ਕਮਾ ਲੈਣ ਤੇ ਆਪਣੇ ਬਾਕੀ ਬੱਚਿਆਂ ਦੀਆਂ ਜਿਹੜੀਆਂ ਮੰਗਾਂ ਇੱਛਾਵਾਂ ਪੂਰੀਆਂ ਨਹੀਂ ਕਰ ਸਕਦੇ ਇੱਕ ਤਾਂ ਮਹਿੰਗਾਈ ਵੱਧ ਗਈ ਹੈ ਤੇ ਦੂਸਰਾ ਇੱਛਾਵਾਂ ਵਧੀਆਂ ਡਿਮਾਂਡ ਬਹੁਤ ਵੱਧ ਗਈ ਹੈ ਸੀ ਸਮੇਂ ਆਜ਼ਾਦੀ ਦੇ ਇਹ ਵੀਰ ਭਰਾਵਾਂ ਵਾਲਾ ਨਹੀਂ ਸੀ ਸਮੇਂ ਆਜ਼ਾਦੀ ਦੇ ਹਿੰਦ ਢੋਲੇ ਗਾਉਂਦਾ ਸੀ ਕਹਿੰਦੇ ਜਦੋਂ ਦੇਸ਼ ਆਜ਼ਾਦ ਹੋਇਆ ਠੀਕ ਹੈ ਸਾਨੂੰ ਆਜ਼ਾਦੀ ਮਿਲੀ ਢੋਲੇ ਮਤਲਬ ਖੁਸ਼ੀ ਦੇ ਗੀਤ ਗਾਣਾ ਤੇ ਉਸ ਸਮੇਂ ਦੇ ਲੋਕ ਜਿਹੜਾ ਕਿ ਖੁਸ਼ੀ ਦੇ ਵਿੱਚ ਗੀਤ ਗਾਉਂਦੇ ਸਨ ਇਸ ਵਿੱਚ ਮਰ ਮਰ ਕੇ ਵੀ ਸਭ ਭੁੱਖੇ ਮਰਦੇ ਨੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਇੱਕ ਇਨਸਾਨ ਸਵੇਰੇ ਕੰਮ ਤੇ ਜਾਂਦਾ ਹੈ ਤੇ ਸ਼ਾਮੀ ਵਾਪਿਸ ਆਉਂਦਾ ਹੈ ਭਾਵ ਕਿ ਸਵੇਰ ਤੋਂ ਲੈ ਕੇ ਸ਼ਾਮ ਤੇ ਕੰਮ ਕਰਦਾ ਰਹਿੰਦਾ ਹੈ ਪਰ ਫਿਰ ਵੀ ਜਿਹੜਾ ਕੀ ਹੈ ਉਹ ਲੋਕਾਂ ਨੂੰ ਦੋ ਵਕਤ ਦੀ ਰੋਟੀ ਨਸੀਬ ਨਹੀਂ ਹੁੰਦੀ ਭਾਵ ਕਿ ਉਹ ਭੁੱਖੇ ਮਾਰੇ ਹਨ ਹੋਕੇ ਦਿਨ ਰਾਤ ਭਰਨ ਪਰ ਪੇੜ ਨਾ ਭਰਦੇ ਨੇ ਉਹ ਦਿਨ ਰਾਤ ਮੁਸੀਬਤਾਂ ਝੇਲਦੇ ਹਨ ਹੋਕੇ ਭਰਨਾ ਮੁਸੀਬਤਾਂ ਝੇਲਦੇ ਹਨ ਪਰ ਫਿਰ ਵੀ ਉਹਨਾਂ ਦਾ ਪੇਟ ਨਹੀਂ ਭਰਦਾ ਭਾਵ ਕਿ ਉਹਨਾਂ ਨੂੰ ਖਾਣ ਲਈ ਰੋਟੀ ਨਹੀਂ ਮਿਲਦੀ ਕੀਰਤੀ ਦੀ ਛਾਤੀ ਦੇ ਇਹ ਮੂੰਹ ਪਈ ਦਲਦੀ ਹੈ ਕੀਰਤੀ ਮਤਲਬ ਮਜ਼ਦੂਰ ਠੀਕ ਹੈ ਕੀਰਤੀ ਮਤਲਬ ਮਜ਼ਦੂਰ ਇੱਕ ਮਜ਼ਦੂਰ ਵਿਚਾਰਾ ਜਿਹੜਾ ਬੜੀ ਮਿਹਨਤ ਕਰਦਾ ਹੈ ਪਰ ਸਰਮਾਏਦਾਰ ਲੋਕ ਉਸਦੀ ਵੀ ਦੱਸਿਆ ਸੀ ਸਰਮਾਏਦਾਰ ਉਹ ਅਮੀਰ ਲੋਕ ਹੁੰਦੇ ਹੈ ਜਿਹੜੇ ਗਰੀਬਾਂ ਦਾ ਹੱਕ ਮਾਰਦੇ ਹਨ ਪਰ ਸਰਮਾਏਦਾਰ ਲੋਕ ਕੀ ਹੈ ਗਰੀਬ ਮਜ਼ਦੂਰਾਂ ਦਾ ਹੱਕ ਮਾਰ ਲੈਂਦੇ ਹਨ ਤੇ ਉਹਨਾਂ ਨੂੰ ਉਹਨਾਂ ਦੀ ਮਿਹਨਤ ਦੇ ਬਦਲੇ ਪੈਸੇ ਨਹੀਂ ਦਿੰਦੇ ਰਤ ਪੀਪੀ ਲਿਸਿਆ ਦੀ ਇਹਦੀ ਗੋਗੜ ਪਲਦੀ ਹੈ ਰਤ ਮਤਲਬ ਖੂਨ ਰਤ ਦਾ ਮੀਨਿੰਗ ਹੈ ਖੂਨ ਗੋਗੜ ਮਤਲਬ ਜਿਹੜਾ ਪੇਟ ਗੋਗੜ ਦਾ ਮੀਨਿੰਗ ਹੈ ਪੇਟ ਰਤ ਪੀਪੇ ਕੇ ਲਿਸਿਆ ਲਿਸੇ ਮਤਲਬ ਕਮਜ਼ੋਰ ਲੋਕ ਲਿਸੇ ਮਤਲਬ ਕਮਜ਼ੋਰ ਗੋਗੜ ਦਾ ਮੀਨਿੰਗ ਹੈ ਪੇਟ ਠੀਕ ਹੈ ਜਿਹੜੇ ਅਮੀਰ ਲੋਕ ਹਨ ਸਰਮਾਏਦਾਰ ਲੋਕ ਹਨ ਉਹ ਗਰੀਬਾਂ ਦਾ ਹੱਕ ਨਹੀਂ ਦਿੰਦੇ ਹੱਕ ਮਾਰ ਲੈਂਦੇ ਹਨ ਤੇ ਉਹਨਾਂ ਦਾ ਹੱਕ ਮਾਰ ਕੇ ਆਪਣਾ ਪੇਟ ਜਿਹੜਾ ਕੀ ਇਹ ਵਧਾ ਲੈਂਦੇ ਹਨ ਬਿਜਲੀ ਦੇ ਲਾਟੂ ਜੋ ਇਸਦੇ ਘਰ ਜਗਦੇ ਨੇ ਭਾਵ ਕਿ ਅਮੀਰ ਲੋਕਾਂ ਦੇ ਘਰ ਸਰਮਾਏਦਾਰ ਲੋਕਾਂ ਦੇ ਘਰ ਜੋ ਲਾਟੂ ਜਗਦੇ ਆ ਜੋ ਜਗਮਗ ਹੋ ਰਹੀ ਹੈ ਜੋ ਰੋਸ਼ਨੀ ਹੋ ਰਹੀ ਹੈ ਇਸ ਤਰ੍ਹਾਂ ਲੱਗਦਾ ਹੈ ਕਿ ਉਹਨਾਂ ਨੇ ਗਰੀਬ ਮਜ਼ਦੂਰਾਂ ਦੀਆਂ ਅੱਖਾਂ ਕੱਢ ਕੇ ਉਹ ਉਹਨਾਂ ਨੂੰ ਆਪਣੇ ਬਲਬਾਂ ਦੇ ਵਿੱਚ ਲਾਇਆ ਹੋਇਆ ਉਸ ਨਾਲ ਰੋਸ਼ਨੀ ਕੀਤੀ ਹੋਈ ਹੈ ਇਸ ਤਰ੍ਹਾਂ ਲੱਗਦਾ ਹੈ ਕਿ ਅਮੀਰ ਲੋਕਾਂ ਨੇ ਜਿਹੜੇ ਆਪਣੇ ਘਰ ਦੇ ਵਿੱਚ ਆਪਣੇ ਘਰਾਂ ਨੂੰ ਰੋਸ਼ਨ ਕੀਤਾ ਹੋਇਆ ਉਹ ਇਸ ਤਰ੍ਹਾਂ ਲੱਗਦਾ ਹੈ ਕਿ ਉਹਨਾਂ ਨੇ ਗਰੀਬ ਲੋਕਾਂ ਦੀਆਂ ਅੱਖਾਂ ਕੱਢ ਕੇ ਉਹਨਾਂ ਅੱਖਾਂ ਨੂੰ ਉਹਨਾਂ ਡੇਲਿਆਂ ਨੂੰ ਆਪਣੇ ਬਲਬਾਂ ਦੇ ਵਿੱਚ ਆਪਣੇ ਉਹਨਾਂ ਦੇ ਨਾਲ ਰੋਸ਼ਨ ਕੀਤਾ ਹੋਇਆ ਹੈ ਨੈਣ ਮਤਲਬ ਅੱਖਾਂ ਪਤਾ ਮੀਨਿੰਗ ਹੈ ਭਾਵ ਕਿ ਜੋ ਆਪਣੇ ਘਰਾਂ ਨੂੰ ਆਪਾਂ ਸ਼ਾਨੋ ਸ਼ੌਕਤ ਕਰ ਰਹੇ ਹਾਂ ਆਪਣੇ ਘਰਾਂ ਨੂੰ ਇੰਨਾ ਸੋਹਣਾ ਬਣਾ ਰਹੇ ਹਾਂ ਇੰਨੇ ਸਜਾਵਟ ਕਰ ਰਹੇ ਹਾਂ ਅਮੀਰ ਘਰਾਂ ਦੇ ਵਿੱਚ ਚਲ ਜਾਓ ਵੀ ਇੰਨੇ ਸੋਹਣੇ ਲਾਈਟਿੰਗ ਵਗੈਰਾ ਸਿਸਟਮ ਹੁੰਦਾ ਇੰਨੇ ਸੋਹਣੇ ਲੱਗੇ ਹੁੰਦੇ ਹੈ ਭਾਵ ਕਿ ਉਹਨੇ ਕਿਹਾ ਜਿਹੜੇ ਅਮੀਰ ਘਰ ਜਿਹੜੇ ਆਪਣੇ ਆਪ ਨੂੰ ਰੋਸ਼ਨ ਕੀਤਾ ਹੋਇਆ ਠੀਕ ਹੈ ਲਾਈਟਾਂ ਦੇ ਨਾਲ ਰੋਸ਼ਨ ਕੀਤਾ ਹੋਇਆ ਹੈ ਉਹ ਰੋਸ਼ਨੀ ਇਸ ਤਰ੍ਹਾਂ ਲੱਗਦੀ ਕਿ ਉਹਨਾਂ ਨੇ ਗਰੀਬਾਂ ਲੋਕਾਂ ਦੀ ਅੱਖਾਂ ਕੱਢੀਆਂ ਹੋਈਆਂ ਅੱਖਾਂ ਕੱਢੀਆਂ ਮਤਲਬ ਉਹਨਾਂ ਦੇ ਹੱਕ ਮਾਰਿਆ ਹੋਇਆ ਬੇਟਾ ਮਤਲਬ ਕਿ ਸਜਾਓ ਪਰ ਮੈਂ ਨਾਲ ਵਰਡ ਯੂਜ਼ ਕੀਤਾ ਸਰਮਾਏਦਾਰ ਸਰਮਾਏਦਾਰ ਉਹ ਅਮੀਰ ਲੋਕ ਹੁੰਦੇ ਜਿਹੜੇ ਗਰੀਬਾਂ ਦਾ ਹੱਕ ਨਹੀਂ ਦਿੰਦੇ
ਇੱਕ ਅਮੀਰ ਸਿੰਪਲ ਹੋ ਗਿਆ, ਇੱਕ ਸਰਮਾਏਦਾਰ ਹੁੰਦੇ ਅਮੀਰ ਲੋਕ ਜਿਹੜੇ ਗਰੀਬਾਂ ਨੂੰ ਮਿਹਨਤ ਕਰਵਾ ਲੈਂਦੇ ਆ, ਆਪਣੇ ਘਰਾਂ 'ਚ ਕੰਮ ਕਰਵਾ ਲੈਂਦੇ ਆ, ਮਜ਼ਦੂਰੀ ਕਰਵਾ ਲੈਂਦੇ ਆ, ਠੀਕ ਹੈ, ਜਿਵੇਂ ਫੈਕਟਰੀਆਂ ਦੇ ਵਿੱਚ ਬਹੁਤ ਸਾਰਾ ਕੰਮ ਕਰਵਾ ਲਿਆ, ਠੀਕ ਹੈ, ਪਰ ਉਹਨਾਂ ਦੇ ਬਦਲੇ ਉਹਨਾਂ ਨੂੰ ਉਨਾ ਪੈਸਾ ਨਾ ਦਿੱਤਾ ਜਿੰਨਾ ਉਹ ਮੰਗਦੇ ਸੀ। ਸਰਮਾਏਦਾਰ ਦਾ ਮੀਨਿੰਗ ਇਹੀ ਹੈ। ਹਾਂ ਬਹਿ ਜਾਓ। ਨੈਕਸਟ ਹੈ ਖਲ ਲਾਲਾ ਲੋਕਾਂ ਦੀ, ਖਲ ਮਤਲਬ ਚਮੜੀ, ਖਲ ਲਾਲਾ ਲੋਕਾਂ ਦੀ ਇਹ ਸੂਟ ਸਿਵਾਉਂਦੀ ਹੈ, ਭਾਵ ਕਿ ਜਿਹੜੇ ਅਮੀਰ ਲੋਕ ਹੈ, ਸਰਮਾਏਦਾਰ ਲੋਕ ਹੈ, ਨਵੇਂ ਜ਼ਮਾਨੇ ਵਿੱਚ ਐਸਾ ਲੱਗਦਾ ਹੈ ਕਿ ਉਹਨਾਂ ਨੇ ਗਰੀਬਾਂ ਦੀ ਚਮੜੀ ਲਾ ਕੇ ਆਪਣੇ ਕੱਪੜੇ ਸਵਾਏ ਹੋਏ ਹਨ। ਪੀਪੀ ਮਜ਼ਦੂਰਾਂ ਨੂੰ ਇਹ ਪਾਊਡਰ ਲਾਉਂਦੀ ਹੈ ਅਤੇ ਇਹਨਾਂ ਨੇ ਮਜ਼ਦੂਰਾਂ ਦਾ ਲਹੂ ਪੀਸ ਪੀ ਕੇ, ਠੀਕ ਹੈ, ਐਸਾ ਲੱਗਦਾ ਕਿ ਉਹ ਆਪਣੇ ਚਿਹਰਿਆਂ ਨੂੰ, ਠੀਕ ਹੈ, ਨਵਾਂ ਬਣਾ ਰਹੇ ਹਨ, ਹੋਰ ਸੋਹਣਾ ਬਣਾ ਰਹੇ ਹਨ। ਪਾਊਡਰ ਲਗਾਉਣਾ ਮਤਲਬ ਸੋਹਣਾ ਬਣਾਉਣਾ। ਐਸਾ ਲੱਗਦਾ ਹੈ, ਐਸਾ ਲੱਗਦਾ ਹੈ ਕਿ ਇਹਨਾਂ ਨੇ ਗਰੀਬ ਮਜ਼ਦੂਰਾਂ ਦਾ ਲਹੂ ਪੀ ਪੀ ਕੇ ਆਪਣੇ ਚਿਹਰਿਆਂ ਨੂੰ ਸੁੰਦਰ ਬਣਾ ਰਹੇ ਹਨ। ਆ ਕੇ ਇਸ ਚੰਦਰੀ ਨੇ ਹੋਣੀ ਵਰਤਾ ਦਿੱਤੀ ਹੈ। ਐਸਾ ਲੱਗਦਾ ਹੈ ਕਿ ਜਦੋਂ ਦੀ ਨਵੀਂ ਸਭਿਅਤਾ ਆਈ ਹੈ, ਨਵਾਂ ਕਲਚਰ ਆਇਆ ਹੈ, ਇਸ ਨੇ ਲੋਕਾਂ ਨੂੰ ਜਿਹੜਾ ਕਿ ਮਾੜੇ ਕੰਮ, ਜਿਹੜਾ ਮਾੜੇ ਰਸਤੇ ਤੇ ਹੀ ਪਾ ਦਿੱਤਾ ਹੈ, ਮਾੜੇ ਰਸਤੇ ਪਾਉਣਾ। ਇਸ ਤਰ੍ਹਾਂ ਲੱਗਦਾ ਹੈ ਕਿ ਜਦੋਂ ਦੀ ਲੋਕਾਂ ਨੇ ਨਵਾਂ ਕਲਚਰ ਅਪਣਾਇਆ, ਨਵੀਂ ਸਭਿਅਤਾ ਨੂੰ ਅਪਣਾਇਆ, ਇਹਨਾਂ ਨੂੰ ਤਾਂ ਲੋਕਾਂ, ਇਸ ਸਭਿਅਤਾ ਨੇ ਲੋਕਾਂ ਨੂੰ ਮਾੜੇ ਰਸਤੇ ਤੇ ਧਕੇਲ ਦਿੱਤਾ ਹੈ। ਪਿਛਲੇ ਵਰਿਆਮਾ ਦੇ ਹੁਣ ਨਾਵੇ ਰਹਿ ਗਏ ਨੇ, ਠੀਕ ਹੈ, ਪਿਛਲੇ ਵਰਿਆਮਾ ਦੇ ਭਾਵ ਕਿ ਪਿਛਲੇ ਇਤਿਹਾਸ ਦੇ, ਪਿਛਲੇ 20 ਯੋਧਿਆਂ ਦੇ, ਵਰਿਆਮ ਮਤਲਬ ਜੋ ਬੀਤ ਚੁੱਕਾ ਹੈ, ਵਰਿਆਮ ਬਹਾਦਰ ਯੋਧਿਆਂ ਨੂੰ ਕਹਿੰਦੇ ਆ ਜੋ ਬੀਤ ਚੁੱਕੇ ਹਨ, ਪਿਛਲੇ ਵਰਿਆਮਾ ਦੇ ਪਰਛਾਵੇਂ ਰਹਿ ਗਏ। ਇਸ ਤਰ੍ਹਾਂ ਲੱਗਦਾ ਹੈ ਕਿ ਜਿਹਨਾਂ ਲੋਕਾਂ ਨੇ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਦਿੱਤੀਆਂ ਸਨ, ਉਹ ਬਹਾਦਰ ਯੋਧੇ, ਉਹ 20 ਯੋਧੇ, ਉਹਨਾਂ ਦੇ ਸਿਰਫ ਅੱਜ ਪਰਛਾਵੇਂ ਹੀ ਰਹਿ ਗਏ ਹਨ। ਅਸਲ ਦੇ ਵਿੱਚ ਉਹਨਾਂ ਦੇ ਸਿਰਫ ਨਾਮ ਹੀ ਰਹਿ ਗਏ ਹਨ ਤੇ ਹੁਣ ਸਾਡੇ ਆਲੇ ਦੁਆਲੇ ਕੋਈ ਵੀਰ ਜਾਂ ਬਹਾਦਰ ਯੋਧਾ ਦਿਖਾਈ ਹੀ ਨਹੀਂ ਦਿੰਦਾ ਜੋ ਅਸਲੀਅਤ ਵਿੱਚ ਬਹਾਦਰ ਹੋਵੇ, ਅਸਲੀਅਤ ਦੇ ਵਿੱਚ ਦਿਲੋਂ ਲੋਕਾਂ ਦੀ ਮਦਦ ਕਰੇ, ਅਸਲੀਅਤ ਦੇ ਵਿੱਚ ਜਿਹੜਾ ਕਿ ਸੱਚ ਲਈ ਲੜੇ। ਇਸ ਤਰ੍ਹਾਂ ਲੱਗਦਾ ਕਿ ਅੱਜ ਸਿਰਫ ਉਹਨਾਂ ਦੇ ਨਾਮ ਹੀ ਰਹਿ ਗਏ, ਸਿਰਫ ਉਹਨਾਂ ਦਾ ਪਰਛਾਵਾਂ ਹੀ ਰਹਿ ਗਿਆ, ਅਸਲੀਅਤ ਦੇ ਵਿੱਚ ਉਹ ਪ੍ਰੈਜੈਂਟ ਨਹੀਂ ਹਨ। ਅੱਜ ਕੱਲ ਦੇ ਗੱਭਰੂ ਤਾਂ ਪਰਛਾਵੇਂ ਰਹਿ ਗਏ ਹਨ। ਮੂੰਗੀ ਦੀ ਦਾਲ ਪਈ ਨਾ ਢਿੱਡ ਨਾਲ ਗਲਦੀ। ਇਸ ਤਰ੍ਹਾਂ ਲੱਗਦਾ ਕਿ ਮੂੰਗੀ ਦੀ ਜਿਹੜੀ ਦਾਲ ਵੀ ਹੈ ਜੋ ਹਲਕਾ ਖਾਣਾ ਮੰਨਿਆ ਜਾਂਦਾ ਸੀ, ਠੀਕ ਹੈ, ਇਸ ਤਰ੍ਹਾਂ ਲੱਗਦਾ ਜਦੋਂ ਬਿਮਾਰ ਸੀ ਕੋਈ ਵਿਅਕਤੀ ਹੁੰਦਾ ਕਿ ਅਸੀਂ ਉਹਨੂੰ ਮੂੰਗੀ ਦਾਲ ਦੇਣੀ। ਇਸ ਤਰ੍ਹਾਂ ਲੱਗਦਾ ਕਿ ਅੱਜ ਮੂੰਗੀ ਦੀ ਦਾਲ ਖਾਣ ਨਾਲ ਵੀ ਜਿਹੜਾ ਕਿ ਸਾਨੂੰ ਬਿਮਾਰੀਆਂ ਲੱਗ ਰਹੀਆਂ ਹਨ। ਕਿਉਂ ਬਿਮਾਰੀਆਂ ਲੱਗ ਰਹੀਆਂ ਹਨ? ਕਿਉਂਕਿ ਸਾਡਾ ਸਾਰਾ ਐਟਮੋਸਫੀਅਰ, ਸਾਡਾ ਆਲਾ ਦੁਆਲਾ ਇਹੋ ਜਿਹਾ ਬਣ ਚੁੱਕਾ। ਅਸੀਂ ਆਪਣੇ ਅੰਦਰ ਅਜਿਹਾ ਫੂਡ ਪਾ ਰਹੇ ਹਾਂ, ਅਜਿਹਾ ਭੋਜਨ ਪਾ ਰਹੇ ਹਾਂ ਕਿ ਜਿਸ ਨਾਲ ਸਾਨੂੰ ਬਿਮਾਰੀਆਂ ਨੇ ਹੀ ਘੇਰਿਆ ਤੇ ਸਾਨੂੰ ਕਈ ਲੋਕਾਂ ਨੂੰ, ਆਪਣੇ ਡਾਕਟਰ ਇਹ ਵੀ ਕਹਿੰਦੇ ਆ ਕਿ ਤੁਸੀਂ ਮੂੰਗੀ ਦਾਲ ਵੀ ਨਹੀਂ ਖਾਣੀ, ਬਿਲਕੁਲ ਹੀ ਬੰਦ ਕਰ ਦਿੰਦੇ ਖਾਣਾ। ਕਈਆਂ ਨੂੰ ਇਸ ਤਰ੍ਹਾਂ ਦੀ ਬਿਮਾਰੀ ਲੱਗ ਜਾਂਦੀ, ਡਾਕਟਰ ਇੱਕ ਵੇਲੇ ਮਨਾ ਹੀ ਕਰ ਦਿੰਦੇ ਆ ਕਿ ਤੁਸੀਂ ਰੋਟੀ ਖਾਣੀ ਨਹੀਂ, ਲਿਕੁਇਡ, ਕਿਉਂਕਿ ਉਹਨਾਂ ਦੇ ਸਰੀਰ ਹੀ ਜੇ ਬਣ ਕੇ ਨਾ ਆਲੇ ਦੁਆਲੇ ਪ੍ਰਦੂਸ਼ਣ ਹੈ, ਅਸੀਂ ਇਸ ਤਰ੍ਹਾਂ ਦਾ ਭੋਜਨ ਆਪਣੇ ਅੰਦਰ ਪਾ ਲਿਆ ਹੈ ਕਿ ਜਿਹੜਾ ਸਾਡੇ ਸਰੀਰ ਨੂੰ ਇੰਨੇ ਬਿਮਾਰੀਆਂ ਨਾਲ ਘੇਰ ਰਿਹਾ। ਇਹ ਬਿਜਲੀ ਕੜਕ ਪਈ ਭਾਰਤ ਦੇ ਵੇਸਾਂ ਤੇ। ਇਸ ਤਰ੍ਹਾਂ ਲੱਗਦਾ ਹੈ ਕਿ ਭਾਰਤ ਦਾ ਜਿਹੜਾ ਪਹਿਰਾਵਾ ਹੈ, ਵੇਸ ਮਤਲਬ ਪਹਿਰਾਵਾ, ਫੇਸ ਮਤਲਬ ਚਿਹਰਾ, ਵੇਸ ਮਤਲਬ ਪਹਿਰਾਵਾ। ਹਾਂ, ਇਹ ਬਿਜਲੀ ਕੜਕ ਪਈ ਭਾਰਤ ਦੇ ਵੇਸਾਂ ਦੇ। ਕਹਿੰਦੇ ਇਸ ਤਰ੍ਹਾਂ ਲੱਗਦਾ ਕਿ ਭਾਰਤ ਦੇ ਪਹਿਰਾਵੇ ਤੇ ਹੀ ਕੋਈ ਬਿਜਲੀ ਕੜਕ ਪਈ ਹੈ। ਕਿਸ ਤਰ੍ਹਾਂ ਉਹਨੇ ਕਿਹਾ ਗੋ, ਇਸ ਕੈਂਚੀ ਧਰ ਦਿੱਤੀ ਕੁੜੀਆਂ ਦੀਆਂ ਕੇਸਾਂ ਦੇ ਤੇ। ਕਹਿੰਦੇ ਇਸ ਤਰ੍ਹਾਂ ਲੱਗਦਾ ਕਿ ਨਵੀਂ ਸਭਿਅਤਾ ਨੇ ਕੁੜੀਆਂ ਦੇ ਵਾਲਾਂ, ਕੇਸ ਮਤਲਬ ਵਾਲ,
ਕੁੜੀਆਂ ਦੇ ਵਾਲਾਂ ਦੇ ਕੈਂਚੀ ਲਗਾਤੀ ਭਾਵ ਕੀ ਅੱਜ ਕੱਲ ਦੀਆਂ ਕੁੜੀਆਂ ਜਿਹੜਾ ਕੀ ਹੈ ਛੋਟੇ ਛੋਟੇ ਵਾਲ ਜਿਹੜਾ ਕੀ ਰੱਖਣਾ ਜ਼ਿਆਦਾ ਪਸੰਦ ਕਰਦੀਆਂ ਹਨ। ਕੀ ਇਹ ਤਹਿਜ਼ੀਬ ਨਵੀਂ ਇੱਕ ਬਰਨਾਮੀ ਦਾ ਕਹਿੰਦੇ ਹੈ ਕਿ ਜਦੋਂ ਦੀ ਨਵੀਂ ਸਭਿਅਤਾ ਆਈਏ ਨਵੀਂ ਤਹਿਜ਼ੀਬ ਆਈਏ ਇਸ ਤਰ੍ਹਾਂ ਲੱਗਦਾ ਕਿ ਉਹਨੇ ਭਾਰਤ ਦੇ ਮੱਥੇ ਤੇ ਬਦਨਾਮੀ ਦਾ ਹੀ ਟਿੱਕਾ ਲਗਾ ਦਿੱਤਾ ਹੈ। ਹਿੰਦ ਦੇ ਗੱਲ ਹਿੰਦ ਦੇ ਗੱਲ ਲਟਕ ਰਿਹਾ ਇੱਕ ਤੋਕ ਗੁਲਾਮੀ ਦਾ, ਹਿੰਦ ਮਤਲਬ ਹਿੰਦੁਸਤਾਨ, ਹਿੰਦ ਦੇ ਗੱਲ ਲਟਕ ਰਿਹਾ ਇਹ ਤੋਕ ਗੁਲਾਮੀ ਦਾ, ਇਸ ਤਰ੍ਹਾਂ ਲੱਗਦਾ ਹੈ ਕਿ ਹੁਣ ਹਿੰਦੁਸਤਾਨ ਜਿਹੜਾ ਕਿ ਇਹ ਸਿਰਫ ਤੇ ਸਿਰਫ ਨਵੀਂ ਸਭਿਅਤਾ ਦਾ ਗੁਲਾਮ ਬਣ ਕੇ ਹੀ ਰਹਿ ਗਿਆ ਹੈ ਤੇ ਆਪਣੀ ਸਭਿਅਤਾ ਆਪਣੇ ਪੁਰਾਣੇ ਕਲਚਰ ਨੂੰ ਬਿਲਕੁਲ ਹੀ ਭੁੱਲਦਾ ਜਾ ਰਿਹਾ ਹੈ ਜਾਂ ਭੁੱਲ ਗਿਆ ਹੈ, ਜੋ ਕਿ ਬਹੁਤ ਵੱਡੀ ਗਲਤ ਗੱਲ ਹੈ। ਭਾਵ ਕਿ ਉਹਨੇ ਅੱਜ ਦੇ ਨੌਜਵਾਨਾਂ ਨੂੰ ਇਹ ਸਿੱਖਿਆ ਦਿੱਤੀ ਕਿ ਸਾਨੂੰ ਨਵੀਂ ਸਭਿਅਤਾ ਨੂੰ ਛੱਡ ਕੇ ਵੈਸਟਰਨ ਕਲਚਰ ਨੂੰ ਛੱਡ ਕੇ ਆਪਣੀ ਪੁਰਾਣੀ ਸਭਿਅਤਾ ਨੂੰ ਅਪਣਾਉਣਾ ਚਾਹੀਦਾ ਹੈ। ਠੀਕ ਹੈ, ਗੁਰੂਆਂ ਪੀਰਾਂ ਨੇ ਜੋ ਸਾਨੂੰ ਸਿੱਖਿਆਵਾਂ ਦਿੱਤੀਆਂ ਜੋ ਉਹਨਾਂ ਨੇ ਦੱਸਿਆ ਉਸ ਰਸਤੇ ਤੇ ਚੱਲਣਾ ਚਾਹੀਦਾ ਹੈ ਜੇ ਅਸੀਂ ਆਪਣਾ ਭਵਿੱਖ ਜਿਹੜਾ ਕਿ ਖਰਾਬ ਨਹੀਂ ਕਰਨਾ ਚਾਹੁੰਦੇ। ਕਲੀਅਰ ਹੈ ਕਵਿਤਾ ਸਾਨੂੰ? ਯੈਸ ਮੈਮ। ਸਮਝਾਂਗੀ, ਵਨ ਮਾਰਕਸ ਕੁਐਸਚਨ ਲਿਖੋ। ਬੇਟਾ ਇੱਕ ਦੋ ਸ਼ਬਦਾਂ ਵਾਲੇ ਪ੍ਰਸ਼ਨ ਉੱਤਰ, ਹਰੇਕ ਕੁਐਸਚਨ ਦਾ ਆਂਸਰ ਇੱਕ ਦੋ ਸ਼ਬਦਾਂ ਵਿੱਚ ਦੇਣਾ ਹੈ। ਫਸਟ ਕੁਐਸਚਨ ਲਿਖੋ, ਇਸਕਾ ਨੰਬਰ ਲੇ ਕਵੀ ਨੇ ਕਿਹੜੇ ਵਿਚਾਰਾਂ ਦੀ ਗੱਲ ਕੀਤੀ ਹੈ? ਇਸਕਾ ਨੰਬਰ ਲੇ ਕਰ ਸਿਆਣੇ ਦੋਨੋਂ ਦਰਿਆ ਦਾ ਪਾਣੀ ਦਰਿਆ ਦਾ ਪਾਣੀ ਇੱਕ ਵਾਰ ਵਹਿਣ ਤੋਂ ਬਾਅਦ ਪਤਨ ਤੇ ਕਿੱਥੇ ਵਾਪਸ ਨਹੀਂ ਆਉਂਦਾ? ਪਤਨ ਤੇ।
दरिया का पानी एक बार वहन तो बार कितने वापिस नहीं आता पतन ते किनारे ते नेक्स्ट है कवि ने कपला गऊ कवि ने कपला गऊ किस नू कहा है असी ते दिन पाके गुआ गुआ के गुआ आपकी पालिया है जहमत यानी कि मुसीबत हाँ जहमत मुसीबत नहीं नेक्स्ट लिखो भारत की धरती किन्हां दी धरती रही है भारत की धरती किन्हां दी धरती रही है गुरुआं पीरां ते ऋषियां दी गुरुआं पीरां ते ऋषियां दी नेक्स्ट लिखो स्पेलिंग किन्हां दी धरती रही है हाँ रही है नेक्स्ट है नवी सभ्यता ने भारत का की खा लिया है साहूपुना नवी सभ्यता ने भारत का शराफत नेक्स्ट क्वेश्चन लिखो नवी सभ्यता केड़े मन दी है चंचल नवी सभ्यता केड़े मन दी है चंचल मन दी नेक्स्ट है नवी सभ्यता केड़े मन दी है चंचल नेक्स्ट लिखो आजादी दे समय केड़े गीत गाए जाते सन ढोले